ਨਾਮ ਜਪਣ ਦੇ ਵਾਸਤੇ ਬੇਅੰਤ ਤਰੀਕੇ ਹਨ। ਨਾਮ ਪਹਿਲੇ ਜਪਣ ਵਾਲੇ ਸਤਿਪੁਰਸ਼ ਹੌਲੀ ਹੌਲੀ ਜਦੋਂ ਇਸ ਪਾਸੇ ਲੱਗਦਾ ਹੈ ਉਸਨੂੰ ਇਸ ਪਾਸੇ ਪ੍ਰਵਿਰਤ ਕਰਨ ਵਾਸਤੇ ਪਹਿਲਾ ਸਟੈਪ ਇਹ ਹੈ, ਇਨਸਾਨ ਹੀ ਜਗ੍ਹਾ ਖੜਾ ਹੈ ਉੱਪਰ ਦਾ ਬਹੁਤ ਅੱਛਾ ਮਹੱਤਵ ਸੁਨਹਿਰੀ ਮੰਜ਼ਿਲ ਵਿੱਚ ਕੋਈ ਦੁੱਖ ਨਹੀਂ, ਆਨੰਦ ਹੀ ਆਨੰਦ ਹੈ। ਅੱਛਾ ਹਰ ਕਿਸਮ ਦੇ ਸੁਖੀ ਯਾਨੀ ਕਹਿਣਾ ਕਿ ਜਿੱਥੇ ਸੁੱਖ ਦਾ ਨਾਮ ਨਹੀਂ ਕਹੇ ਇਹੋ ਜਿਹਾ ਸੁੱਖ ਹੈ ਜਿੱਥੇ ਪਹੁੰਚਣੇ। ਇਹ ਹੈ ਜਿਹੜਾ ਅਸਲੀ ਇਹਦਾ ਘਰ ਹੈ ਜਿਹਦੇ ਵਿਛੜ ਕੇ ਬਣਾ ਆ ਗਿਆ, ਹੇਠਾਂ ਵਿਚਾਲੇ ਖੜਾ ਹੈ, ਹੇਠਾਂ ਉੱਪਰ ਚੜ ਜਾਂਦਾ ਹੈ ਤਾਂ ਉੱਥੇ ਪਹੁੰਚ ਜਾਂਦਾ ਹੈ ਤਾਂ ਉੱਥੇ ਦੁੱਖ ਕੋਈ ਨਹੀਂ। ਜੇ ਹੇਠਾਂ ਗਿਰਦਾ ਤਿਲਕਦਾ ਹੈ, ਬੜੇ ਬੜੇ ਕੁੰਡ ਹਨ, ਕਿਸੇ ਵਿੱਚ ਬਿੱਛੂ ਹਨ, ਕਿਸੇ ਵਿੱਚ ਸੱਪ ਹਨ, ਕਿਸੇ ਵਿੱਚ ਗੰਦਾ ਉੱਬਲ ਰਿਹਾ ਹੈ, ਕਿਸੇ ਖੂਨ ਉੱਬਲ ਰਿਹਾ, ਕਿਸੇ ਕੁਛ ਇਹੋ ਜਿਹੀਆਂ ਹਾਲਤਾਂ ਹੇਠਾਂ ਹੇਠਾਂ ਗਿਰਦੇ ਤਾਂ ਆਹ ਹਾਲਤ ਉੱਪਰ ਚੜ੍ਹਦਾ ਤਾਂ ਉੱਥੇ ਸੁਖੀ ਸੁੱਖ ਹੈ। ਇਹ ਹੈ ਇਹੋ ਜਿਹੇ ਥਾਂ ਇਨਸਾਨ ਖੜਾ, ਉੱਥੇ ਚੜ੍ਹਨਾ ਕਾਹਦੇ ਆਸਰੇ ਹੁੰਦਾ ਹੈ। ਇਸ ਤਰ੍ਹਾਂ ਆਪਾਂ ਪੌੜੀਆਂ ਚੜ੍ਹੀਏ ਹੋਏ ਇੱਕ ਈਸ਼ ਪੌੜੀਆਂ ਦੇ ਆਸਰੇ ਚੜ੍ਹ ਕੇ ਇੱਕ ਈਸ਼ਰ ਰੂਪ ਬਣ ਜਾਂਦਾ ਹੈ, ਕਿਸੇ ਮਕਾਨ ਤੇ ਚੜ੍ਹਨਾ ਹੋਵੇ ਪੌੜੀਆਂ ਹੁੰਦੀਆਂ ਹਨ। ਸਵੇਂ ਕਰਕੇ ਇੱਥੇ ਵੀ ਪੌੜੀਆਂ ਹਨ। ਇਹ ਵੈਸੇ ਤਾਂ ਸੁਭਿੱਛਾ ਸੁਵਿਚਾਰਨਾ ਤਰਮਾਨਸਾ ਸੁਤਾਪ ਦੇ ਸੰਸਕ੍ਰਿਤੀ ਪਦਾਰਥ ਭਾਵਨੀ ਤੁਰੀਆ ਸੱਤ ਪੌੜੀਆਂ ਦੱਸੀਆਂ ਹਨ, ਸੱਤ ਭੂਮਿਕਾ ਇਹਨਾਂ ਨੂੰ ਵੀ ਕਹਿੰਦੇ ਹਨ। ਯਾਨੀ ਵਿਕਰੀ ਚੜ੍ਹਾਅ ਦੀ ਅਵਸਥਾ ਦਾ ਨਾਮ ਭੂਮਿਕਾ ਜਾਂ ਪੌੜੀ ਦੀ ਅਵਸਥਾ ਹੈ, ਜਿਹੜੀ ਬਿਰਤੀ ਸੰਸਾਰ ਵਿੱਚ ਖਚਤ ਹੈ। ਪਹਿਲੇ ਪਹਿਲ ਜਿਸ ਵਕਤ ਇਹਨੂੰ ਸੰਸਾਰ ਚੱਕਰ ਵਿੱਚ ਫਿਰਦੇ ਫਿਰਦੇ ਨੇ, ਕੋਈ ਥੋੜ੍ਹਾ ਜਿਹਾ ਸੰਸਾਰ ਦੇ ਸੁੱਖਾਂ ਦਾ ਜਿਹਨੂੰ ਗਲਤੀ ਕਰਕੇ ਸੁੱਖ ਸਰੂਪ ਮੰਨਦਾ ਸੀ ਇਹ ਤਸਨ ਦੁੱਖ ਰੂਪ, ਗਲਤੀ ਕਰਕੇ ਇਹਨੂੰ ਸੁੱਖ ਸਰੂਪ ਮੰਨੇ ਹੋਏ ਸਨ, ਕਿਸੇ ਕਾਰਨ ਤੇ ਕਿਸੇ ਦੁੱਖ ਤੇ ਉਹਨੂੰ ਵੈਰਾਗ ਲੱਗਦਾ, ਥੋੜ੍ਹਾ ਵੈਰਾਗ ਲੱਗ ਕੇ ਫਿਰ ਉਹ ਚਾਹੁੰਦਾ ਮੈਨੂੰ ਕਿਹੋ ਜਿਹਾ ਸੁੱਖ ਮਿਲੇ। ਤਾਂ ਸਾਰੇ ਜਿਹੜੇ ਸੁੱਖ ਮੈਂ ਦੇਖ ਚੁੱਕਾ ਅਨੇਕਾਂ ਦੁੱਖਾਂ ਦੇ, ਅਨੇਕਾਂ ਕੰਡਿਆਂ ਨਾਲ ਭਰਿਆ ਪਿਆ ਹੈ ਇਹ ਗੁਲਾਬ ਦਾ, ਤਾਂ ਤੇ ਇਹੋ ਜਿਹਾ ਸੁੱਖ ਚਾਹੀਦਾ ਜਿਹਦੇ ਨੇੜੇ ਤੇੜੇ ਕੰਡਾ ਕੋਈ ਨਾ ਹੋਵੇ, ਸੁਖੀ ਸੁੱਖ ਹੋਵੇ, ਉਹ ਆਤਮ ਸੁੱਖ ਹੈ। ਉਹਦੇ ਵਾਸਤੇ ਪਹਿਲਾ ਸਟੈਪ ਇਹੀ ਸੁਭਿੱਛਾ, ਇੱਥੋਂ ਇਹਦਾ ਯਾਨੀ ਉੱਪਰ ਉੱਠਣਾ ਸ਼ੁਰੂ ਹੁੰਦਾ, ਇਹਨੂੰ ਸੁਭਿੱਛਾ ਕਹਿੰਦੇ। ਸੰਤਾਂ ਦੀ ਸੰਗਤ ਕਰਨੀ, ਇਹਦਾ ਸੰਗਤ ਨੂੰ ਛੱਡ ਕੇ ਸਤਸੰਗ ਵਿੱਚ ਹਿੱਤ ਹੋ ਜਾਣਾ, ਧਿਆਨ ਦੇਣਾ ਉਹਦੇ ਭਜਨ ਸੁਣਨੇ, ਭਜਨ ਪਾਠ ਕਰਕੇ ਮਨ ਨੂੰ ਸ਼ਾਂਤੀ ਮਹਿਸੂਸ ਹੋਣੀ, ਸਤਸੰਗ ਦੇ ਵਿੱਚ ਟੀਕੇ ਕੁਛ ਸ਼ਾਂਤੀ ਠੰਡ ਮਹਿਸੂਸ ਹੋਣੀ, ਹੈ ਸੁੱਖ ਹੋਰ ਕਿਤੇ ਮਹਿਸੂਸ ਨਾ ਹੋਣਾ। ਇਹੀ ਜੀ ਇਹ ਪਹਿਲੀ ਅਵਸਥਾ ਨੇ, ਜਦੋਂ ਇਹੀ ਜਿਹੀ ਅਵਸਥਾ ਇਸ ਨੂੰ ਪ੍ਰਾਪਤ ਹੋਈ ਸਮਝੋ ਪਹਿਲਾ ਸਟੈਪ ਹੈ, ਪਹਿਲਾ ਇਹਨੂੰ ਪਹਿਲੀ ਪੌੜੀ ਇਹਨੂੰ ਪ੍ਰਾਪਤ ਹੋਈ। ਸੋ ਇੱਥੋਂ ਫਿਰ ਸਿਮਰਨ ਕਰਨਾ ਸ਼ੁਰੂ ਕਰ ਮਹਾਤਮੇ ਸੰਗਤ ਕਰਕੇ, ਇਸੀ ਅਵਸਥਾ ਨੂੰ ਜਣਾਇਆ ਸੁਭਿੱਛਾ। ਇਸ ਇੱਛਾ ਨੂੰ ਬਾਣੀ ਵਿੱਚ ਹੀ ਅਨੁਰੂਪ ਨੇ ਕੀਤਾ, ਪ੍ਰਭ ਜੀ ਇਹ ਮਨੋਰਥ ਮੇਰਾ, ਇਹ ਜਿਹਾ ਜਗਿਆਸੂ ਪਰਮਾਤਮਾ ਦੇ ਅੱਗੇ ਇਹ ਬੇਨਤੀਆਂ ਕਰਦਾ ਹੈ, ਪ੍ਰਭ ਜੀ ਇਹ ਮਨੋਰਥ ਮੇਰਾ, ਕਿਰਪਾ ਨਿਧਾਨ ਦਿਆਲ ਦੀਜੈ ਕਰ ਸੰਤਨ ਕਰ ਚਿਹਰਾ, ਪ੍ਰਤਹਿਕਾਰ ਲਾਗੋ ਜਨ ਚਰਣੀ ਨਿਸ਼ਵਾਸਰ ਦਰਸ ਪਾਵੋ, ਤਨ ਮਨ ਅਰਪ ਕਰੋ ਜਨ ਸੇਵਾ ਰਸਨਾ ਹਰ ਗੁਣ ਗਾਵੋ, ਸਾਹ ਸਾਹ ਸਿਮਰੋ ਪਰ ਆਪਣਾ ਸੰਤ ਸੰਗਤ ਰਹੀਐ, ਇੱਕ ਆਧਾਰ ਨਾਮ ਧਨੋਰ ਅਨੰਦ ਨਾਨਕ ਇਹ ਲਈਐ। ਇੱਥੋਂ ਪਹਿਲਾ ਸਟੈਪ ਹੈ, ਇੱਥੋਂ ਉੱਪਰ ਨੂੰ ਚੜ੍ਹਨਾ ਉਸ ਸੁੱਖ ਸੁੱਖ ਦੇ ਮੰਦਰ ਵਿੱਚ ਚੜ੍ਹਨ ਵਾਸਤੇ ਪਹਿਲਾ ਸਟੈਪ, ਪਹਿਲੀ ਪੌੜੀ ਹੈ। ਸੋਇਓ ਇੱਥੋਂ ਫਿਰ ਅੱਗੇ ਸਿਮਰਨ ਸ਼ੁਰੂ ਹੁੰਦਾ, ਉਹਨੂੰ ਸਿਮਰਨ ਦੇ ਮਾਰਗ ਵਿੱਚ ਪ੍ਰਗਟ ਕਰਨ, ਪਹਿਲੇ ਪਹਿਲ ਤੇ ਉਸ ਨੂੰ ਜਿਹੜੇ ਲਗਾਉਂਦੇ ਨੇ, ਤੂੰ ਇੰਨੇ ਪਾਠ ਜਪ ਸਕਦੇ ਕਰ ਲਿਆ ਕਰ, ਸ਼ੁਕਰੀ ਸਕਦੇ ਕਰ ਲਿਆ ਕਰ, ਇਉਂ ਹੌਲੀ ਹੌਲੀ ਇਉਂ ਸ਼ੁਰੂ ਕਰਦੇ ਨੇ। ਉਸਨੂੰ ਸਵਾ ਪਾਉਣੇ ਨਾ, ਸਵਾ ਨਹੀਂ ਪਿਆ, ਇੱਕ ਕੁੱਤਾ ਅਵਾਰਾ ਫਿਰਦਾ ਹੈ, ਉਸਨੂੰ ਇੱਕ ਥਾਂ ਬੰਨਣਾ ਹੈ, ਗੱਜ ਪਾ ਕੇ ਪਟਾ ਉਹਦੇ ਸੀਮਨ ਕਿੱਲੀ ਨਾਲ ਬੰਨਦੇ ਨੇ, ਕਿਵੇਂ ਰੱਸੀ ਤੜਾਉਂਦਾ ਉਹ, ਫਿਰ ਉਦੋਂ ਨੱਠਦਾ ਕਿ ਉਦੋਂ ਨੱਠਦਾ, ਪਹਿਲਾਂ ਪਹਿਲਾਂ ਬਹੁਤ ਕੁਝ ਔਖਾ ਹੁੰਦਾ ਨਾ, ਹੌਲੀ ਹੌਲੀ ਕੁਝ ਦੇਰ ਦੇ ਵਿੱਚ ਖੱਪ ਖੁੱਪ ਕੇ ਆਪੇ ਟਿਕ ਜਾਂਦਾ, ਇੱਕ ਥਾਂ ਬੈਠਣ ਦੀ ਆਦਤ ਬਣ ਜਾਂਦੀ, ਐਸਾ ਸਮਝੇ ਮਨ ਵੀ ਇਹਦੇ ਨਹੀਂ ਆਈਆਂ, ਪਹਿਲਾਂ ਇੱਧਰ ਉੱਧਰ ਭਟਕਦੇ, ਫਿਰ ਹੌਲੀ ਹੌਲੀ ਇੱਕ ਥਾਂ ਟਿਕਣ ਦਾ ਆਦਿ ਹੋ ਜਾਂਦਾ, ਫਿਰ ਉੱਥੇ ਉਹਨੂੰ ਸੁੱਖ ਮਹਿਸੂਸ ਹੋਣ ਲੱਗ ਪਈ। ਅਤੇ ਪਹਿਲਾਂ ਹੈ ਸਿਮਰਨ ਕਰਨਾ, ਜਿਵੇਂ ਬਾਣੀ ਪੜ੍ਹਨੀ, ਗੁਰੂ ਮੰਤਰ ਦੇ ਪਾਠ ਕਰਨੇ, ਸਤਿਪੁਰਸ਼ ਲਾਦਨੇ, ਇੰਨੇ ਕਰੇ ਕਿ ਇੰਨੇ ਕਰੇ, ਉਹਦਾ ਮਤਲਬ ਇਹ ਹੈ ਹੌਲੀ ਹੌਲੀ ਇਹਨੂੰ ਆਦਤ ਬਣੇ, ਸੁਭਾਅ ਬਣੇ, ਸੁਭਾਅ ਬਣਦੇ ਬਣਦੇ ਫਿਰ ਜਦੋਂ ਇਹਦੀ ਅਵਸਥਾ ਉਹ ਜ਼ਿਆਦਾ ਸ਼ੌਕ ਵਾਲੀ ਹੁੰਦੀ ਹੈ, ਉਹਦੇ ਤਾਂ ਚਾਹੁੰਦਾ ਮੈਨੂੰ ਭੁੱਲੀ ਕਦੇ ਨਾ, ਕਿਉਂਕਿ ਉਹ ਤਾਂ ਮੈਨੂੰ ਸੁੱਖ ਨਹੀਂ ਹੈ, ਜਿੱਥੇ ਮਨ ਟਿਕਿਆ ਹੈ ਸ਼ੁੱਧ ਉੱਥੇ ਸੁੱਖ ਹੈ, ਖਿੰਡਿਆ ਮੈਲਾ ਮਨ ਦੁਖੀ ਅਤੇ ਅਸ਼ਾਂਤ ਹੋਇਆ ਕਰਦਾ ਹੈ। ਸੋ ਇਸ ਕਰਕੇ ਚਾਹੁੰਦੇ ਮੇਰਾ ਮਨ ਟਿਕਿਆ ਰਹੇ, ਹਰ ਵਕਤ ਸੁਖੀ ਅਤੇ ਸ਼ਾਂਤ ਰਹੇ। ਸੋ ਸਿਮਰਨ ਦੇ ਮਾਰਗ ਵਿੱਚ ਇਸ ਨੂੰ ਪ੍ਰਵਿਰਤ ਕਰਦੇ, ਸਿਮਰਨ ਦਾ ਵਾਹਿਗੁਰੂ ਗੁਰਮੰਤਰ ਹੈ, ਇਹਦਾ ਸਿਮਰਨ ਕਰਨਾ। ਪਹਿਲੇ ਪਹਿਲ ਤਾਂ ਮਾਲਾ ਦੇ ਆਸਰੇ ਸਤਿਪੁਰਸ਼ ਨੂੰ ਲਗਾਉਂਦੇ ਨੇ, ਸਵੇਰੇ ਰੋਜ਼ ਇਸ਼ਨਾਨ ਵਗੈਰਾ ਕਰਕੇ ਇਹਨੂੰ ਇਹਦੀਆਂ ਤੋਂ ਪਹਿਲੇ ਪਹਿਲ ਤਾਂ ਬਹੁਤ ਕਰਦੇ, ਅੱਜ ਕੱਲ੍ਹ ਤਾਂ ਉਤਨੀ ਦਿਮਾਗਾਂ 'ਚ ਤਾਕਤ ਨਹੀਂ ਹੈ, ਪਹਿਲੇ ਮੈਂ ਵੀ ਇਹ ਸਕੂਲਾਂ 'ਚ ਪਹਿਲੇ ਟਾਈਕ ਪੱਕੀਆਂ ਮਾਲਾ ਕਰੋ, ਫਿਰ ਮਛਾ ਜਾਓ, ਅੰਮ੍ਰਿਤ ਚਲੋ, ਵਕਤ ਹੀ ਨਹੀਂ ਮਿਲਦਾ ਮੈਨੂੰ, ਸੰਗਤਾਂ ਨੂੰ ਮੇੜ ਗਣ ਕਰਕੇ ਉੱਧਰ ਜਾਣ ਦਾ ਸਵਾਲ ਮੈਨੂੰ ਕਹੀ ਐਨ ਕਿ ਤੁਸੀਂ ਮਤ ਵਕਤ ਨਹੀਂ ਕਰਨੀ,
ਸਹਿਯੋਗ ਕਰਕੇ ਖੈਰ ਪਹਿਲੀਆਂ ਚ ਨਲਦੇ ਰਹੇ ਹਾਂ, ਅਫਰੀਕਾ ਤੋਂ ਬਾਅਦ ਵੀ ਕਈ ਵਾਰ ਸਹਿਯੋਗ ਫਿਰ ਉਹਨੂੰ ਮਹਾਤਮਾ ਲਾਉਂਦੇ ਹੌਲੀ ਹੌਲੀ ਇੰਨਾ ਸ਼ੁਰੂ ਕਰਦੇ ਸੀ ਉਦੋਂ ਐਵੇਂ ਪਹਿਲਾਂ ਮੇਰਾ ਸੁਣੀ ਮੈਂ ਜੇ ਤੁਸੀਂ ਮੈਥੋਂ ਸਿੱਖਣਾ ਤਾਂ ਚਾਹੀ ਪੱਕੀਆਂ ਮਾਲਾ ਪਹਿਲਾਂ ਫਿਰ ਲੱਗੋ ਸਾਲ ਭਰ ਫਿਰ ਇੱਕ ਕੱਚੀ ਮਾਲਾ ਇਹਨਾਂ 108 ਕੱਚੀਆਂ ਮਾਲਾ ਵੀ ਇੱਕ ਪੱਕੀ ਮਾਲਾ ਹੋ ਜਾਂਦੀ ਇਉਂ ਢਾਈ ਪੱਕੀ ਪੈਂਦੀ ਹਾਂ ਇਉਂ ਸਮਝ ਲਓ ਕਿੰਨਾ ਚਿਰ ਲੱਗਦਾ ਸੀ ਕਿਉਂਕਿ ਉਹ ਆਤ ਪੜਨੀ ਸੁਭਾਅ ਹੁੰਦੀ ਸਾਲ ਭਰ ਫਿਰ ਬਹੁਤ ਅਵਸਥਾ ਅੱਛੀ ਹੋ ਜਾਂਦੀ ਹੈ ਮਨ ਟਿਕਣ ਲੱਗ ਜਾਂਦਾ ਸ਼ਾਂਤੀ ਆਨੰਦ ਔਰ ਭਜਿੰਦਾ ਆਨੰਦ ਪ੍ਰਾਪਤ ਹੋ ਜਾਂਦਾ ਸੀ ਖੈਰ ਖੈਰ ਮਹਾਤਮਾ ਫਿਰ ਇਸ ਪਾਸੇ ਉਹਨੂੰ ਹੌਲੀ ਹੌਲੀ ਲਗਾਉਂਦੇ ਹਨ ਯੁਗਤੀ ਨਾਲ ਫਿਰ ਸਿਮਰਨ ਦੇ ਮਾਰਗ ਵਿੱਚ ਪਹਿਲੇ ਤਾਂ ਜ਼ਬਾਨ ਨਾਲ ਹੀ ਨਾਮ ਜਪਣਾ ਪੈਂਦਾ ਜਿਵੇਂ ਪਹਿਲੇ ਬੱਚਿਆਂ ਨੂੰ ਪੜ੍ਹਾਈਦੇ ਨਾ ਪੜ੍ਹਨ ਲੱਗਦੇ ਨੇ ਸਕੂਲਾਂ 'ਚ ਉਹਨਾਂ ਨੂੰ ਮਹਾਰਨੀ ਬੁਲਾਈਂਦੀ ਹੈ ਬੁਲਾਉਂਦੇ ਹਨ ਅਤੇ ਇਸੇ ਤਰ੍ਹਾਂ ਉੱਚੀ ਉੱਚੀ ਮਹਾਰਨੀ ਪਹਿਲੇ ਨਾਮ ਜਪਣਾ ਕੀਰਤਨ ਕਰਨਾ ਇਹ ਵੀ ਹੈ ਸਮਝੋ ਸੋ ਇਉਂ ਸਿਮਰਨ ਕਰਨਾ ਹੈ ਬੈਠ ਕੇ ਮਹਾਤਮਾ ਮਾਲਾ ਦੇ ਆਸਰੇ ਪਹਿਲੇ ਪਹਿਲੇ ਦੱਸ ਦਿੰਦੇ ਨੇ ਹਰਮਨ ਗਿਣਤੀ ਦੱਸਦੇ ਨੇ ਇੰਨੇ ਰੋਜ਼ਗਾਰ ਗਿਣਤੀ ਬਿਨਾਂ ਹੁੰਦਾ ਨਹੀਂ ਕਿਉਂਕਿ ਹਰ ਘਰ ਆਦਮੀ ਸੁਸਤ ਹੋ ਜਾਂਦਾ ਵੀ ਚਲੋ ਫਿਰ ਕਰ ਲਾਂਗੇ ਦਿਨੇ ਕਰ ਲਾਂਗੇ ਚੱਲ ਕੱਲ੍ਹ ਨੂੰ ਫਿਰ ਡਬਲ ਕਰ ਲਾਂਗੇ ਇਉਂ ਕਰਦੇ ਕਰਦੇ ਸੁਸਤ ਹੋ ਜਾਂਦਾ ਨਿਤਨੇਮ ਕਹਿੰਦੇ ਉਹ ਔਖਾ ਸੌਖਾ ਜਿਵੇਂ ਵੀ ਹੈ ਕਰੇ ਉਹਨੂੰ ਕਹਿ ਨਿਤਨੇ ਤਦੀ ਨਿਭਦਾ ਹੁੰਦਾ ਹੈ ਹੱਥ ਤੋਂ ਬਿਨਾਂ ਅਵਸਥਾ ਨਿਭਦੀ ਨਹੀਂ ਹੱਥ ਤੋਂ ਬਿਨਾਂ ਸਹਿਜ ਅਵਸਥਾ ਆਉਂਦੀ ਨਹੀਂ ਸੋ ਫਿਰ ਸਿਮਰਨ ਪਹਿਲੇ ਜ਼ਬਾਨ ਨਾਲ ਕਬੀਰ ਮੇਰੀ ਸਿਮਰਨ ਨਹੀਂ ਰਸਨਾ ਉੱਪਰ ਰਾਮ ਆਦਿ ਜੁਗਾਦੀ ਸਗਲ ਭਗਤਾ ਕੋ ਸੁਖ ਵਿਸਰਾਮ ਰਸਨਾ ਦੁਆਰਾ ਬੁੱਲ ਹਿਲਦੇ ਨੇ ਜ਼ਬਾਨ ਹਿਲਦੀ ਹੈ ਅਤੇ ਵਾਹਿਗੁਰੂ 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 ਖਿਆਲ ਇਹਦੇ ਵਿੱਚ ਮਿਲਦਾ ਹੈ ਬੈਠ ਕੇ ਇਹਦੇ ਵਿੱਚ ਬਿਰਤੀ ਲਗਾਉਣੀ ਇਹ ਨਹੀਂ ਉਦੋਂ ਚਾਹੁੰਦਾ ਮੈਂ ਜ਼ਿਆਦਾ ਕਰਾਂ ਮੈਂ ਖਿਆਲ ਇਹਦੇ ਵਿੱਚ ਲਗਾਵਾਂ ਵਾਹਿਗੁਰੂ ਇਹਦੇ ਵਿੱਚ ਬਿਰਤੀ ਲਗਾਉਣੀ ਸੁਣਨ ਵਿੱਚ ਬਿਰਤੀ ਨੂੰ ਮਹਿਵ ਕਰਨਾ ਸੋ ਇਹ ਪਹਿਲੇ ਪਹਿਲੇ ਇਹਦਾ ਬੈਖਰੀ ਬਾਣੀ ਦੁਆਰਾ ਪਹਿਲਾ ਸਟੈਪ ਹੈ ਵਕਤ ਰੱਖ ਲੈਣਾ 2 ਘੰਟੇ 2.5 ਘੰਟੇ ਕੁਛ ਜ਼ਿਆਦਾ ਜਿੰਨਾ ਕਰ ਸਕੇ ਸੋ ਉਸ ਤੋਂ ਬਾਅਦ ਫਿਰ ਇਉਂ ਕਰਦੇ 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 ਬਿਰਤੀ ਸੂਖਮ ਹੁੰਦੀ ਹੈ ਫਿਰ ਬੁੱਲ ਔਰ ਜ਼ਬਾਨ ਹਿਲਾਉਣ ਦੀ ਲੋੜ ਨਹੀਂ ਰਹਿੰਦੀ ਹੈ ਸਿਰਫ ਖਿਆਲੀ ਕੰਮ ਕਰਨ ਲੱਗ ਪੈਂਦਾ ਹੈ ਜ਼ਬਾਨ ਵੀ ਬੰਦ ਵੀ ਬੰਦ ਕੇਵਲ ਖਿਆਲ ਹੀ ਯਾਨੀ ਕੰਠ ਵਿੱਚ ਤਾਲੂ ਸਰਕਲ ਕਰਦੇ ਉਹਦੇ ਨਾਲ ਵਾਹਿਗੁਰੂ ਮਿਲ ਜਾਂਦਾ ਜ਼ਬਾਨ ਵੀ ਉੱਥੇ ਹਿੰਦੀ ਬੁੱਲ ਵੀ ਨਹੀਂ ਹਿਲਦਾ ਅਤੇ ਖਿਆਲ ਕੰਮ ਕਰਦੇ ਦੇਖੋ ਸਾਰਿਆਂ ਦੇ ਕੰਠ ਵਿੱਚ ਹੁੰਦਾ ਹੈ ਦੇਖੋ ਹੋ ਰਿਹਾ ਹਾਂ ਕੋਈ ਨਾ ਸੁਣ ਸਕੇ ਲੈਦਾ ਉਹਨੂੰ ਨਹੀਂ ਸਮਝ ਆਜੇ ਲੇਕਿਨ ਹੋ ਰਿਹਾ ਕੁਦਰਤੀ ਹੋ ਰਿਹਾ ਖੈਰ ਇੱਥੇ ਫਿਰ ਬਿਰਤੀ ਟਿਕਾ ਕੇ ਕਰਨ ਜਦੋਂ ਇਹਦੇ ਵਿੱਚ ਬਿਰਤੀ ਟਿਕਦੀ ਉਦੋਂ ਜ਼ਿਆਦਾ ਆਨੰਦ ਆਉਂਦਾ 10ਵਾਂ ਫਲ ਹੋ ਜਾਂਦਾ ਜ਼ਬਾਨ ਦੇ ਨਾਲ ਜ਼ਬਾਨ ਨਾਲ ਕਹਿਣਾ ਤਾਂ ਬੈਖਰੀ ਬਾਣੀ ਕਹਿਲਾਉਂਦੀ ਇਹ ਮੱਧਮਾ ਕਹਿੰਦੇ ਨੇ ਨਾ ਇਹ ਰੱਖੇ ਹੋਏ ਨੇ ਇਸ ਤਰ੍ਹਾਂ ਪੂਰਾ ਹੈ ਹਿਰਦਾ ਸਥਾਨ ਹਿਰਦਾ ਚੱਕਰ ਜਿਹਦੀ ਬਾਬਾ ਦੱਸਿਆ ਗੁਰਮੁਖ ਜਾਪੋ ਹਿਰਦੇ ਰਾਮ ਹਿਰਦੇ ਹਿਰਦੇ ਵਿੱਚ ਇਹਨੇ ਨਰਸਾਂ ਜੋ ਜਪੇ ਹੇ ਆਓ ਕੋਈ ਜਾਣੇ ਕੈਸਾ ਨਾ ਵੀ ਨਰਸਨਾ ਉਸਤਤ ਕਰਾਈ ਇਹ ਜੇ ਬਚਨ ਆਉਂਦੇ ਹਨ ਜੀਵਨਾ ਹਿੱਲੇ ਬੁੱਲਾਂ ਫਰਕੇ ਪਾਕ ਨਵਾਜ਼ੀ ਸੋਈ ਇਸਲਾਮ ਵਿੱਚ ਇਉਂ ਕਹਿੰਦੇ ਹਨ ਉਹ ਵੀ ਐਵੇਂ ਇੱਥੇ ਹਿਰਦੇ ਵਿੱਚ ਉਸੀ ਤਰ੍ਹਾਂ ਹੁੰਦਾ ਜਿਵੇਂ ਕੰਠ ਵਿੱਚ ਹੁੰਦਾ ਹੈ ਇਸ ਨੂੰ ਪ੍ਰਸੰਤੀ ਬਾਣੀ ਕਹਿੰਦੇ ਇੱਥੇ ਵੀ ਉਵੇਂ ਹੁੰਦਾ ਉਹਦੇ ਨਾਲ ਵੀ ਸ਼ਬਦ ਮਿਲ ਜਾਂਦਾ ਛੇਤੀ ਛੇਤੀ ਵੀ ਹੋ ਜਾਂਦਾ ਹੌਲੀ ਹੌਲੀ ਵੀ ਹੋ ਜਾਂਦਾ ਪਹਿਲੇ ਹੌਲੀ ਤੇ ਸ਼ੁਰੂ ਕਰਦੇ ਹੌਲੀ ਹੌਲੀ ਕਰਦੇ ਕਰਦੇ ਫਿਰ ਤੇਜ਼ ਰਸਤਾ ਹੋ ਜਾਂਦਾ ਬਹੁਤ ਤੇਜ਼ ਰਸਤਾ ਹੋ ਜਾਂਦਾ ਇਹਦੇ ਵੀ ਬਿਰਤੀ ਮਹਿਵ ਬਾਹਰੋਂ ਸਾਰੇ ਸੰਸਾਰ ਨੂੰ ਛੱਡ ਕੇ ਇੰਨੇ ਥਾਂ ਜਾਂਦੀ ਹੈ ਇੰਨੇ ਦਾਇਰੇ 'ਚ ਮਨ ਆ ਜਾਂਦਾ ਸੋ ਇਹ ਉਦੋਂ 10ਵਾਂ ਫਲ ਹੋ ਜਾਂਦਾ ਕੰਠ ਨਾਲੋਂ ਇਸ ਸਥਾਨ ਵਿੱਚ 10 ਗੁਣਾ ਮਹਾਤਮਾ ਹੋ ਜਾਂਦਾ ਕਿਉਂਕਿ ਇਕਾਗਰਤਾ ਇੱਥੇ ਜ਼ਿਆਦਾ ਟਕਾ ਜ਼ਿਆਦਾ ਟਕਾ ਜ਼ਿਆਦਾ ਇੱਥੇ ਆਨੰਦ ਜ਼ਿਆਦਾ ਉਸ ਤੋਂ ਅੱਗੇ ਪਰਾਵਾਈ ਨਾ ਵੀ ਇਹਨੂੰ ਪਰਾ ਬਣੀ ਗਏ ਇੱਥੇ ਬਿਰਤੀ ਟਕਾ ਕੇ ਫਿਰ ਭਜਨ ਕਰਨ ਇਸੀ ਤਰ੍ਹਾਂ ਹੀ ਇੱਥੇ ਵੀ ਹੋ ਰਿਹਾ
ਰਹੀ ਹੈ, ਹਰੇਕ ਦੇ ਹੋ ਰਹੀ, ਹਰ ਵਕਤ ਹੀ ਹੋ ਰਿਹਾ। ਤੇ ਇਸ ਨੂੰ ਪਰਾ ਬਾਣੀ ਕਹਿੰਦੇ, ਉਦੋਂ ਜ਼ਬਾਨ ਨਾਲ ਹਜ਼ਾਰ ਗੁਣਾ ਫਲ ਹੋ ਜਾਂਦਾ। ਇੱਥੇ ਇੱਕ ਵਾਰੀ ਕਿਹਾ ਜਾਵੇ, ਜ਼ਬਾਨ ਨਾਲ ਹਜ਼ਾਰ ਦਫ਼ਾ ਕਿਹਾ ਜਾਏ, ਉਤਨਾ ਹੀ ਮਹੱਤਵ। ਸਵੇਮ ਕਰਕੇ ਇੱਥੇ ਇਕਾਗਰਤਾ ਬਹੁਤੀ ਹੈ, ਇੱਥੇ ਥੋੜ੍ਹਾ ਜਿਹਾ ਪ੍ਰੈਸ਼ਰ ਦਮ ਦੇ ਉੱਪਰ ਪੈਂਦਾ ਤਾਂ ਹੁੰਦਾ ਹੈ, ਸਮਾਨ ਜ਼ਿਆਦਾ ਟਿਕਦਾ ਹੈ। ਜੇ ਜਦੋਂ ਇੱਥੇ ਆਉਣ ਲੱਗ ਪਵੇ ਤਾਂ ਇਹਨੂੰ ਐਸਾ ਮਹਿਸੂਸ ਹੋਣ ਲੱਗ ਪੈਂਦਾ, ਪੈਰ ਦੀ ਗੁੱਠੀ ਤੋਂ ਸਿਰ ਦੀ ਚੋਟੀ ਤੋਂ ਸਾਰੇ ਸਰੀਰ 'ਚ ਹੁੰਦਾ। ਸਰਕੂਲੇਸ਼ਨ ਆਫ ਬਲੱਡ ਹੈ ਨਾ, ਸਾਰੇ ਸਰੀਰ 'ਚ ਹੁੰਦੀ ਹੈ, ਬੀਟ ਆਫ ਦਾ ਹਾਰਟ ਹੈ, ਧੜਕਣ ਸਾਰੇ ਸਰੀਰ 'ਚ ਹੋ ਰਹੀ। ਜੇ ਤੁਸੀਂ ਖਿਆਲ ਕਰੋ, ਨਰਵ ਚੱਲਦੀ ਹੈ ਨਾ, ਇਹ ਵੀ ਇਵੇਂ ਚੱਲਦੀ, ਇਹ ਵੀ ਕਹਿ ਰਹੀ ਹੈ, ਇਹ 'ਚ ਸੁਣੋ। ਹਾਂਜੀ, ਇਉਂ ਕਰਕੇ ਇੱਥੇ ਜਦੋਂ ਹੋਣ ਲੱਗ ਪਏ, ਫਿਰ ਸਾਰੇ ਹੀ ਸਰੀਰ 'ਚ ਇਹਨੂੰ ਪੈਰ ਦੇ ਗੁੱਠੇ ਤੋਂ ਸਿਰ ਦੀ ਚੋਟੀ ਤੱਕ ਮਹਿਸੂਸ ਹੋਣ ਲੱਗ ਪੈਂਦਾ। ਜਿੱਥੇ ਵੀ ਖਿਆਲ ਗਿਆ ਉੱਥੇ ਉਹਨੂੰ ਇਹ ਸਿਮਰਨ ਹੁੰਦਾ, ਪ੍ਰਤੀਤ ਜਦੋਂ ਅਭਿਆਸ ਦਾ ਚੜ੍ਹ ਜਾਂਦਾ। ਸੋ ਇਸ ਨੂੰ ਪਰਾ ਬਾਣੀ ਕਹਿੰਦੇ ਹਨ। ਇੱਥੇ ਜਾ ਕੇ ਗੁਰਮੁਖ ਰੋਮ ਰੋਮ ਵਿਵਸਥਾ ਆਉਂਦੀ ਹੈ। ਸਾਡੇ 3 ਕਰੋੜ ਰੋਮ ਸਰੀਰ ਦੇ ਉੱਪਰ ਹੈ, ਜਿਹਨੂੰ ਸਾਂਭ ਕਹਿੰਦੇ ਨੇ, ਉਹਨਾਂ ਦੇ ਉੱਪਰ ਰੋਮ ਹਨ। ਸੋ 3.5 ਕਰੋੜ ਹਰ ਜਿਸਮ ਦੇ ਵਿੱਚ ਹੈ। ਸੋ ਹੁਣ ਸਾਰੇ ਰੋਮਾਂ ਵਿੱਚੋਂ ਮਾਨੋ ਵਾਹਿਗੁਰੂ ਤੋਂ ਨਹੀਂ ਹੁੰਦੀ, ਇਹਨੇ ਜਿਵੇਂ ਜ਼ਬਾਨ ਨਾਲ ਕਹੀਦਾ ਨਾ ਵਾਹਿਗੁਰੂ ਵਾਹਿਗੁਰੂ, ਸਾਰੇ ਜਿਹੜੇ ਰੋਮ ਨੇ ਮਾਨੋ ਇਹ ਜ਼ਬਾਨਾਂ ਬਣ ਜਾਂਦੀਆਂ। ਐਸਾ ਪ੍ਰਤੀਤ ਹੋਣ ਲੱਗ ਪੈਂਦਾ ਹੈ ਵੀ ਸਾਰਾ ਸਰੀਰ ਸਾਰੇ ਨੇ ਵਿੱਤੀ ਟਿੱਗੀ ਹੁੰਦੀ, ਜਦੋਂ ਉੱਥੇ ਆਲਸ ਔਰ ਤੁਰਨੇ 'ਤੇ ਕਾਫ਼ੀ ਵਸੀਕਾਰ ਪੈ ਜਾਂਦਾ ਹੈ, ਇਹ ਅਵਸਥਾ ਫਿਰ ਆਸਾਨ ਹੋ ਜਾਂਦੀ। ਬੈਠਾ ਵੀ ਕਰੀਆਂ ਉੱਥੇ, ਪਿਆ ਵੀ ਕਰੀਆਂ, ਕਿਉਂਕਿ ਨੀਂਦ 'ਤੇ ਵਸੀਕਾਰ ਦਾ ਪੂਰਾ ਪੈ ਚੁੱਕਾ ਹੈ। ਦੇਖੋ ਸਾਰਿਆਂ ਦੇ ਹੋ ਰਹੇ ਨਿਗਾ ਮਾਰਗ, ਦੇਖ ਲਓ ਕਿਤੇ ਕਿਤੇ ਬਿਰਤੀ ਚੁਕਾਓ, ਜਿਹੜੇ ਕਰਨ ਵਾਲੇ ਨੂੰ ਉਹਨੂੰ ਪ੍ਰਤੀਕ ਹੁੰਦਾ ਹੈ। ਸਵੇਂ ਐਸਾ ਇੱਥੇ ਤਾਂ ਬਾਣੀ ਖਤਮ ਹੋ ਜਾਂਦੀਆਂ, ਇਹ ਇਉਂ ਵੀ ਹੁੰਦਾ, ਨਾਭੀ ਤੋਂ ਲਾ ਕੇ ਕੰਠ ਤੱਕ ਇਹ ਵੀ ਹੁੰਦਾ ਹੈ। ਸਾਰੀ ਮਸ਼ੀਨਰੀ ਚੱਲ ਰਹੀ ਇੱਥੇ, ਆਈ ਜਾਂਦਾ ਦੇਖੋ, ਸਾਰਿਆਂ ਨੂੰ ਸਾਰ ਹਰ ਵਕਤ ਆਉਂਦਾ, ਇਹਦੇ ਆਸੇ ਇਹਦਾ ਜੀਵਨ ਹੈ। ਇੱਕ ਸਾਹ ਤਾਂ ਗਿਰਦਾ ਨੱਕ ਤੋਂ ਬਾਹਰ, 10 ਉਂਗਲ ਬਾਹਰ ਗਿਰਦਾ ਨੱਕ ਤੋਂ, ਫਿਰ ਉੱਪਰੋਂ ਉੱਠਦਾ, ਸਾਫ ਹਵਾ ਅੰਦਰ ਜਾਂਦੀ ਹੈ, ਬਾਹਰੋਂ ਅੰਦਰਲੀ ਹਵਾ ਬਾਹਰ ਨਿਕਲਦੀ ਹੈ, ਗੰਦੀ ਹਵਾ ਬਾਹਰ ਨਿਕਲਦੀ ਹੈ, ਅਤੇ ਆਈ ਜਾਂਦਾ ਸਾਰ ਹਰ ਵਕਤ। ਜਾਂ ਇਹ ਨਾਭੀ ਤੋਂ ਲੱਗ ਹਿਰਦੇ ਕੰਠ ਤੱਕ ਐਂ ਹੋ ਰਿਹਾ ਇੱਥੇ, ਜੇ ਖਿਆਲ ਕਰੀਏ। ਇਹ ਵੀ ਇਹਨੂੰ ਸਵਾਸ ਗਰਾਸ ਕਹਿੰਦੇ ਹਨ, ਗਰਾਸ ਹੇਠਾਂ ਨੂੰ ਜਾਂਦਾ, ਸਵਾਸ ਉੱਪਰ ਨੂੰ, ਐਸਾ ਇਹ ਵੀ ਹੋਈ ਜਾਂਦਾ। ਇਹ 3 ਬਾਣੀਆਂ ਦੁਆਰਾ, ਪਰਾ ਬਸੰਤੀ ਮਧਵਾ, ਇਹਨਾਂ ਦੁਆਰਾ ਹੁੰਦਾ ਹੈ। ਖੈਰ ਇਉਂ ਇਹ ਸੌਖਾ ਕੁਦਰਤੀ ਮਸ਼ੀਨਰੀ ਚੱਲਦੀ ਹੈ। ਸੋ ਇਸ ਕਰਕੇ ਇੱਥੇ ਜਾ ਕੇ ਰੋਮ ਰੋਮ ਹੋਣ ਲੱਗ ਪੈਂਦਾ, ਇੱਥੇ ਤਾਂ ਬਾਣੀਆਂ ਖਤਮ ਹੁੰਦੀਆਂ। ਇਸ ਤੋਂ ਉੱਪਰ ਜਾ ਕੇ ਜਿਸਮਾਨੀ ਇਨਸਾਨ ਦਾ ਜਿਸਮੇ ਕਿਹਾ ਜਾਏ, ਇਹਦੇ ਵਿੱਚ ਪਰਮਾਤਮਾ ਨੇ ਚੱਕਰ ਰੱਖੇ ਹੋਏ, ਨਾਭੀ ਚੱਕਰ ਹੈ, ਗਿੱਧਾ ਚੱਕਰ ਹੈ, ਕੰਠ ਚੱਕਰ ਹੈ, ਇਹ ਆਗਿਆ ਚੱਕਰ ਹੈ, ਤ੍ਰਿਪਟੀ ਚੱਕਰ ਹੈ, ਦਸਮਦਵਾਰ ਚੱਕਰ ਹੈ, ਇਹ ਚੱਕਰ ਹਨ। ਇਹਨਾਂ ਥਾਵਾਂ ਦੇ ਵਿੱਚ ਕਮਲ ਵੀ ਹਨ। ਉਹ ਐਸਾ ਹੀ ਇਹ ਭਜਨ ਕਰਨ ਵਾਲਿਆਂ ਵਾਸਤੇ ਇਹ ਚੀਜ਼ਾਂ ਫਾਇਦੇਮੰਦ, ਆਮ ਲੋਕਾਂ ਨੇ ਲੋਕ ਕਰੇ, ਸਿਰਫ ਭਜਨ ਕਰਨ ਵਾਲੇ ਪੁਰਸ਼ਾਂ ਵਾਸਤੇ ਇਹ ਚੀਜ਼ਾਂ ਮਦਦਗਾਰ ਹਨ, ਇਹ ਵਿਕਰੀ ਚੁਕਾ ਦੇ ਥਾਂ ਹਨ। ਸੋ ਇੱਥੋਂ ਜਾ ਕੇ ਇੱਥੇ ਤਾਂ ਬਾਣੀਆਂ ਖਤਮ ਹੋ ਗਈਆਂ, ਸਿਮਰਨ ਹਰ ਵਕਤ ਜਿੱਥੇ ਬਿਰਤੀ ਟਕਾਓ ਉੱਥੇ ਰੋਮ ਰੋਮ 'ਚ ਹੋਣ ਲੱਗ ਪੈਂਦਾ ਹੈ। ਫਿਰ ਉੱਪਰ ਲਿਜਾਣਾ ਹੈ, ਇੱਥੇ 2 ਅੱਖ ਅਤੇ ਨੱਕ ਦੀ ਜੜਾ ਜਿੱਥੇ, ਅਤੇ ਇਸਨੂੰ 3 ਤਿਲ ਨੁਕਤਾ ਸਵੇਦਾ ਸ਼ਿਵ ਨੇਤਰ ਜਾਂ ਆਗਿਆ ਚੱਕਰ ਕਰਕੇ ਇਹਨੂੰ ਪੁਕਾਰਿਆ ਜਾਂਦਾ ਹੈ। ਇੱਥੇ ਬਿਰਤੀ ਟਕਾ ਕੇ ਫਿਰ ਭਜਨ ਕਰਦਾ ਹੈ, ਜਦੋਂ ਇੱਥੇ ਬਿਰਤੀ ਟਕਾ ਕੇ ਭਜਨ ਕਰਦਾ, ਇੱਥੇ ਕੁਛ ਰੋਸ਼ਨੀ ਔਰ ਅਨਹਦ ਦੁਨੀਆ ਵੀ ਇੱਥੋਂ ਪੈਦਾ ਹੁੰਦੀ ਹੈ। ਹਰ ਇਨਸਾਨ ਦੇ ਅੰਦਰ ਭਾਵੇਂ ਹਰ ਵਕਤ ਹੀ ਹੋ ਰਹੀਆਂ ਨੇ। ਰੋਸ਼ਨੀ ਜਿਹੜੀ ਹੈ ਇਹ ਅਗਨੀ ਦਾ ਤੱਤ ਹੈ, ਅੱਗ ਹੈ ਸਰੀਰ ਦੇ ਵਿੱਚ, ਉਹਦਾ ਤੱਤ ਰੋਸ਼ਨੀ ਹੈ। ਅਨਹਦ ਧੁਨੀਆਂ ਜਿਹੜੀਆਂ ਹਨ, ਆਵਾਜ਼ਾਂ ਹੋਣੀਆਂ, 10 ਮਿੰਟ 5 ਕਿਸਮ ਦਾ ਸ਼ਬਦ ਹੈ, 5 ਸ਼ਬਦ ਤੋਂ ਅਨਹਦ ਵਾਜੀ ਬਾਣੀ 'ਚ ਆਉਂਦਾ ਹੈ, ਉਹ ਜਿਹੜੇ ਹਨ ਉਹ ਹਵਾ ਦਾ ਤੱਤ ਹੈ। ਸਾਡੇ ਹਰ ਨਾੜੀ ਵਿੱਚ ਹਵਾ ਗੁਜ਼ਰਦੀ ਹੈ, ਉਹ ਆਵਾਜ਼ ਕਰਦੀ ਹੈ। ਹੁਣ ਹਵਾ ਹੈ ਬਰੀਕ, ਕੋਈ ਥਾਂ ਉੱਥੇ ਵੀ ਗੁਜ਼ਰੋ, ਉੱਥੇ ਉਹਦੀ ਕਹੀ ਜਿਹੀ ਹਵਾ ਹੋਊਗੀ, ਬਹੁਤ ਵੱਡਾ ਥਾਂ ਉੱਥੇ ਕਹੀ ਹਵਾ ਉਹਦੀ ਆਵਾਜ਼ ਹੋਏਗੀ, ਇਸੇ ਤਰ੍ਹਾਂ ਇੱਥੇ ਵੀ ਹੈ। ਪਰ ਬਰੀਕ ਨਾੜੀਆਂ ਵਿੱਚ ਜਿਉਂ ਜਿਉਂ ਤਾਂ ਜਾਂਦੀ, ਬਰੀਕ ਨਾੜੀਆਂ ਹੋਈ ਜਾਂਦੀਆਂ, ਉਹਨਾਂ ਦੀ ਜਿਹੜੀ ਮਹਿਲ ਹੈ ਨਾੜੀਆਂ ਜਾਂ ਵਿਆਸ ਦੇ ਬਲ ਕਰਕੇ ਸਫਾ ਹੋਈ ਜਾਂਦੀ ਹੈ, ਨਾੜੀਆਂ ਖਾਲੀ ਹੋਈਆਂ, ਉਹਨਾਂ ਵਿੱਚ ਬਿਰਤੀ ਚੜ੍ਹਦੀ ਜਾਂਦੀ ਹੈ। ਸਿਉਂ ਕਿ ਇੱਥੇ ਬਿਰਤੀ ਟਕਾ ਕੇ ਜਦੋਂ ਭਜਨ ਕਰਦਾ ਹੈ, ਉਸੇ ਤਰ੍ਹਾਂ ਸਿਮਰਨ ਤਾਂ ਚੱਲ ਹੀ ਰਿਹਾ, ਉਹਦੇ ਆਸਰੇ ਕਰਦੇ 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 ਇੱਥੇ ਇਸਨੂੰ
ਕੁਛ ਥੋੜ੍ਹੀ ਜਿਹੀ ਰੋਸ਼ਨੀ, ਜਿਵੇਂ ਇੱਕ ਮਕਾਨ ਵੀ ਥੋੜ੍ਹੀ ਜਿਹੀ ਰੋਸ਼ਨੀ ਪ੍ਰਤੀਤ ਹੋਵੇ ਰਾਤ ਦੇ ਵਕਤ ਇਸ ਨੂੰ ਬੜੀ ਦੂਰੋਂ ਘੰਟੇ ਦੀ ਅਤੇ ਸ਼ੰਖ ਦੀ ਆਵਾਜ਼ ਆਉਂਦੀ ਹੋ ਕਿਸੇ ਮੰਦਰ ਵਿੱਚ ਵੱਜਦੀ, ਐਸਾ ਪ੍ਰਤੀਤ ਹੁੰਦਾ। ਕਈ ਤਾਂ ਪਤਾ ਅਣਜਾਣ ਵੀ ਦੇਖੇ ਨਾ ਸਾਡੇ ਰਾਤ ਨੂੰ ਕਹਿੰਦੇ ਕਿੱਥੋਂ ਰੋਸ਼ਨੀ ਦਿਸ ਪਈ, ਬੈਠੇ ਹਾਂ ਅਸੀਂ ਅੰਦਰ ਆਵਾਜ਼ ਕਿੱਥੋਂ ਆਉਂਦੀ ਹੈ, ਬਾਹਰ ਨਿਕਲ ਕੇ ਦੇਖਣਾ ਸੁਣਨਾ ਬਾਹਰ ਕਿਤੋਂ ਨਹੀਂ ਹੁੰਦੀ, ਅੰਦਰੋਂ ਹੈ। ਅਭਿਆਸੀ ਜਦੋਂ ਬਹੁਤ ਅੱਛਾ ਅਭਿਆਸ ਕਰਦਾ ਹੈ ਉਹਨੂੰ ਐਸਾ ਹੀ ਪ੍ਰਤੀਤ ਹੁੰਦਾ। ਆਪਣੇ ਮਿੱਤਰ ਢੋਲਕੀ ਵਾਲਾ ਜਦੋਂ ਸਾਡੇ ਨਾਲ ਸੀ ਭੈਣੀ ਸੀ ਸਾਧਨ ਕਰ ਦਿੰਦੇ ਅੰਦਰ ਬੈਠਾ, ਕਹਿੰਦਾ ਮੈਨੂੰ ਚਾਨਣਾ ਜੇ ਕਿੱਥੋਂ ਹੋ ਗਿਆ, ਮੈਂ ਤਾਂ ਅੰਦਰ ਬੈਠਾ ਇਹ ਛੁਪਰੀ ਹੈ, ਫਿਰ ਸੁਣਦੀ ਆਵਾਜ਼ ਸੁਣਦੀ ਹੈ ਕਾਹਦੀ ਆਵਾਜ਼, ਬਾਹਰ ਨਿਕਲ ਕੇ ਸੁਣਨ ਲੱਗ ਗਿਆ ਦੇਖਣ ਲੱਗਿਆ ਵੀ ਕਿੱਥੇ। ਕੁਛ ਉਹਨੇ ਬਾਹਰ ਦੇਖੀ ਕਿ ਉਹ ਤਾਂ ਅੰਦਰ ਸੀ, ਅੰਦਰ ਜਾ ਕੇ ਬੈਠਿਆ ਫਿਰ ਉੱਥੇ ਵੀ ਫਿਰ ਸੁਣਨ ਲੱਗ ਗਈ। ਐਂ ਹੁੰਦੇ ਕਈਆਂ ਪਹਿਲਾਂ ਪਹਿਲਾਂ ਭਰਮ ਪੈਂਦਾ। ਖੈਰ ਇਉਂ ਕਰਕੇ ਇਸ ਤੋਂ ਜ਼ਿਆਦਾ ਫਿਰ ਬਿਰਤੀ ਸੂਖਮ ਹੁੰਦੀ ਚਲੀ ਜਾਂ ਫਿਰ ਇੱਥੇ ਤ੍ਰਿਪੜੀ ਇੱਥੇ ਹੈ ਮੁਸਲ ਅਸੀਂ ਵੀ ਕਹਿ ਦਿੰਦੇ ਹਾਂ ਉਸਨੂੰ, ਜਿੱਥੇ ਤਿੰਨ ਥਾਂ ਮਿਲਦੇ ਹੁਣ ਤ੍ਰਿਪੁਟੀ ਮੁਸਲ ਅਸੀਂ ਕਹਿੰਦੇ ਸੀ ਟ੍ਰਾਇੰਗਲ, ਚਲੋ ਉੱਥੇ ਐਸਾ ਥਾਂ ਹੈ ਉੱਥੇ ਬਿਰਤੀ ਟਕਾਉ, ਉੱਥੇ ਇਤਨਾ ਰੋਸ਼ਨੀ ਹੋ ਜਾਂਦੀ ਜਿਵੇਂ ਲਾਲ ਰੰਗ ਦਾ ਸੂਰਜ ਚੜਿਆ ਹੋਵੇ, ਉੱਥੇ ਆਵਾਜ਼ਾਂ ਹੋਰ ਉਦੋਂ ਜ਼ਿਆਦਾ ਯਾਨੀ ਰਸੀਲੀਆਂ ਸਰੰਗੀਆਂ ਕਿੰਗਰੀਆਂ ਸਤਾਰ ਐਸਾ ਉਹਨਾਂ ਵਿੱਚ ਬਿਰਤੀ ਮੈਂ ਹੁੰਦੀ ਹੈ। ਕਰਨਾ ਤਾਂ ਭਜਨੀ ਉਹਨਾਂ ਵਿੱਚ ਮਿਲਾ ਕੇ ਜਿਵੇਂ ਸਾਜਿਆਂ ਵਿੱਚ ਮਿਲਾ ਕੇ ਭਜਨੀ ਕਰਨਾ ਹੈ, ਲੇਕਿਨ ਉਹ ਉਹਨਾਂ ਜ਼ਿਆਦਾ ਰਸਦਾਇਕ ਆਨੰਦਦਾਇਕ ਹੁੰਦਾ ਐਸਾ ਹੈ। ਸੋ ਐਸਾ ਪ੍ਰਤੀਤ ਹੁੰਦਾ ਹੈ ਉੱਥੇ ਬਿਰਤੀ ਬੜੀ ਦੇਰ ਤੱਕ ਟਿਕੀ ਰਹਿੰਦੀ ਹੈ। ਹਾਂ ਇੰਨਾ ਜ਼ਰੂਰ ਖਿਆਲ ਹੋਣਾ ਜਿਵੇਂ ਕਈਆਂ ਆਉਂਦੇ ਜਿਹਨੇ ਦਿਮਾਗ ਕਮਜ਼ੋਰ ਹੋਣ ਉੱਥੇ ਜਿਸੇ ਸੁਰ ਦੁੱਖਣ ਲੱਗੇ ਫਿਰ ਦਿੱਕਤ ਉੱਥੇ ਫਿਰ ਨਾ ਕਰੇ, ਇਹ ਤਾਂ ਦਿਮਾਗ ਦੀ ਗੱਲ ਹੈ। ਅੱਜ ਕੱਲ੍ਹ ਦੇ ਲੋਕਾਂ ਦੇ ਦਿਮਾਗ ਉਤਨੇ ਤਕੜੇ ਜਿੰਨੇ ਪਹਿਲਾਂ ਹੁੰਦੇ ਸੀ। ਸੋ ਖੈਰ ਉਸ ਤੋਂ ਉੱਪਰ ਦਸਮਨ ਦੁਆਰ ਜਿੱਥੇ ਬੋਧੀ ਹੁੰਦੀ, ਦਸਮਨ ਦੁਆਰ ਦਾ ਜ਼ਿਕਰ ਆਉਂਦਾ ਹੈ ਬਹੁਤ ਥਾਈ। ਨੌ ਦਰਵਾਜ਼ੇ ਕਾਇਮ ਕੋਟ ਹੈ ਦਸਮਾਂ ਗੁਰ ਖੀਜਾ ਹੈ, ਬਜਰ ਕਪਾਟ ਨਾ ਖੁੱਲੀ ਗੁਰ ਸ਼ਬਦ ਤੁਨ ਖੁਲੀਜਾ ਹੈ, ਅਨਹਦ ਵਾਜੇ ਤੁਨ ਵੱਜਦੇ ਗੁਰ ਸ਼ਬਦ ਸੁਣੀਜਾ ਹੈ, ਤਿਤ ਘਟ ਅੰਦਰ ਚਾਨਣਾ ਕਰ ਭਗਤ ਮਿਲੀਜਾ ਹੈ, ਸਭੇ ਇੱਕੋ ਵਰਤਾ ਜਿਨ ਰਚਨ ਰਚਾਈ, ਬਾਬਾ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ। ਇਹ ਜਿਹੇ ਬਚਨ ਆਉਂਦੇ ਹਨ ਬਹੁਤ ਸਾਰੇ। ਹਰਜੂ ਪਿਆਰੇ ਗੁਫਾ ਅੰਦਰ ਕੇ ਵਾਜਾ ਪਾਉਣ ਵਜਾਇਆ, ਵਜਾਇਆ ਵਾਜਾ ਪਾਉਣ ਨਾ ਦੁਆਰੇ ਪ੍ਰਗਟ ਕੀ ਦਸਵਾਂ ਗੁਪਤ ਰਖਾਇਆ, ਗੁਰੂ ਦੁਆਰ ਲਾਏ ਭਾਵੇਂ ਇੱਕ ਨਾ ਦਸਵਾਂ ਦੁਆਰ ਦਿਖਾਇਆ, ਤੈਂ ਅਨੇਕ ਰੂਪ ਨਾਉ ਨਵ ਨਿਤ ਅੰਤ ਨ ਜਾਈ ਪਾਇਆ, ਕਹੇ ਨਾਨਕ ਹਰਜੀਉ ਪਿਆਰੇ ਗੁਫਾ ਅੰਦਰ ਕੇ ਵਾਜਾ ਪਾਉਣ। ਨੌ ਦਰਵਾਜ਼ੇ ਸਰੀਰ ਇੱਕ ਮੰਦਰ ਹੈ ਮਕਾਨ ਹੈ, ਦੁੱਖਾਂ ਦੁਨਾਸ਼ਕਾਂ ਦੁੱਖਾਂ ਨੂੰ ਨੌ ਦਰਵਾਜ਼ੇ ਨੇ ਪ੍ਰਗਟ ਸਾਰੀ ਦੁਨੀਆਂ ਜਾਣਦੀ ਹੈ, ਪਰ ਇੱਕ ਦਸਵਾਂ ਗੁਪਤ ਹੈ ਉਹਦਾ ਨਾਂ ਤਾਂ ਕਿਸੇ ਨੇ ਸੁਣਿਆ ਹੋਣਾ। ਸਤਸੰਗ ਕਰਨ ਵਾਲੇ ਜਾਂ ਇਸ ਮਾਰਗ ਚੱਲਣ ਵਾਲੇ ਸੁਣਦੇ ਆਮ ਤਾਂ ਪਤਾ ਨਹੀਂ ਹੁੰਦਾ ਦਸਵੇਂ ਕੋਈ ਚੀਜ਼ ਹੈ। ਸੋ ਉਹਨਾਂ ਨੂੰ ਇਸ ਦੀ ਬਾਬਤ ਐਨੀ ਚੇਤਾਵਨੀ ਹੁੰਦੀ ਹੈ। ਮਾੜੀ ਵਿੱਚ ਐਸੇ ਬਚਨ ਆਉਂਦੇ ਹਨ ਦਸਵਾਂ ਦੁਆਰਾ ਅਗਵਾਂ ਪਾਰਾ ਪਰ ਬੁਰਕੀ ਘਾਟੀ ਉੱਪਰ ਹਾਟ ਹਾਟ ਪਰ ਆਲਾ ਆਲੇ ਭੀਤਰ ਛਾਤੀ, ਜਾਗਤ ਰਹੇ ਨਕਬੂ ਸੋਵੈ ਤੀਨ ਤਰੋ ਸਮਾਧ ਪਲੋਵੈ, ਬੀਜ ਮੰਤਰ ਲੈ ਹਿੰਦੇ ਰਹੇ ਮਨ ਉਲਸਨ ਮੈਂ ਗਹਿ, ਜਾਗਤ ਰਹੇ ਅਗੇ ਪਾਖੇ ਪੰਜ ਹੁੰਦੇ ਵਸਕਰ ਰਾਖੈ, ਬੀਜੀ ਸਾਖੀ ਰਾਖੇ ਜੀਤ ਮੰਤਰਾਂ ਕੋਈ। ਐਸੇ ਬਚਨ ਆਉਂਦੇ। ਸੋ ਉੱਥੇ ਜਦੋਂ ਬਿਰਤੀ ਜਾਂਦੀ ਉੱਥੇ ਬਹੁਤ ਜ਼ਿਆਦਾ ਰੋਸ਼ਨੀ ਹੁੰਦੀ, ਜਿਵੇਂ ਕਿਤਨੀ ਸੂਰਜ ਚੜੇ ਲੇਕਿਨ ਗਰਮੀ ਨਹੀਂ ਹੁੰਦੀ, ਹੈ ਸੂਰਜ ਦਾ ਬਹੁਤ ਚੜ ਜਾਣਾ ਅਗਲਾ ਦਿਨ ਲੇਕਿਨ ਠੰਡ ਅਤੇ ਇਹਨੇ ਇਤਨੀ ਮਤਲਬ ਕਿ ਰੋਸ਼ਨੀ ਅਤੇ ਦੁਨੀਆ ਵੀ ਇੱਦੋਂ ਜ਼ਿਆਦਾ ਬਰੀਕ ਬੀਣਾ ਔਰ ਮੰਤਰੀ ਵਗੈਰਾ ਮਿੱਠੀ ਮਿੱਠੀ ਆਵਾਜ਼ ਜ਼ਿਆਦਾ ਇਹਨੂੰ, ਕਿਉਂਕਿ ਜਿਵੇਂ ਤਾਂ ਜਾਂਦਾ ਨਾੜੀਆਂ ਬਰੀਕ ਹੁੰਦੀਆਂ ਆਵਾਜ਼ ਵੀ ਬਰੀਕ ਹੁੰਦੀ ਚਲੀ ਜਾਂਦੀ। ਸੋ ਇਉਂ ਕਰਕੇ ਪਹਿਲੇ ਹੌਲੀ ਹੌਲੀ ਮੋਟੀਆਂ ਆਵਾਜ਼ਾਂ ਹੁੰਦੀਆਂ। ਸੋ ਅਖੀਰ ਜਾ ਕੇ ਇਹ ਚੀਜ਼ਾਂ ਰਸਤੇ ਦੀਆਂ ਹਨ ਸਾਨੂੰ, ਇਹ ਮੰਜ਼ਲੇ ਮਕਸੂਦ ਨਹੀਂ ਦਸਵਾਂ ਦਾ ਸਾਡਾ, ਇਹ ਰਸਤੇ ਦੀਆਂ ਚੀਜ਼ਾਂ ਹਨ। ਜਿੱਥੇ ਸਾਡਾ ਮੰਜ਼ਲੇ ਮਕਸੂਦ ਇਸ ਤੋਂ ਪਰੇ ਹੈ ਉੱਥੇ ਨਾ ਕੋਈ ਸ਼ਬਦ ਹੈ, ਨਾ ਕੋਈ ਧੁਨੀ ਹੈ, ਨਾ ਇਹ ਉੱਪਰਲੀ ਅਸਥੂਲ ਲਾਈਟ ਹੈ, ਉੱਥੇ ਕੇਵਲ ਅਨੁਭਵ ਪ੍ਰਕਾਸ਼ ਨਿਰਵਿਕਲਪ ਅਵਸਥਾ ਹੈ। ਜਿਹਦੀ ਬਾਬ ਦੱਸਿਆ ਰੂਪ ਨਾ ਰੇਖ ਨਾ ਰੰਗ ਕਿਸ ਤਰ੍ਹਾਂ ਗੁਣ ਤੇ ਕਰੋ ਭਿੰਨ ਕਿਸੇ ਵਜਾਏ ਨਾਮ ਕਸ਼ ਹੋਵੇ ਸੋ, ਤੇ ਉਹ ਅਵਸਥਾ ਉੱਥੇ ਜਾ ਕੇ ਚੀਜ਼ਾਂ ਇਹਨਾਂ ਚੁੱਕੇ ਵੀ ਨਹੀਂ, ਸਿਰਫ ਇੱਕ ਆਨੰਦ ਹੀ ਆਨੰਦ ਯਾਨੀ ਉੱਥੇ ਇਸ ਨਿਰਵਿਕਲਪ ਸਮਾਜ ਜੀ ਨੂੰ ਕਹਿੰਦੇ ਉਹ ਅਵਸਥਾ। ਉੱਥੇ ਬਿਰਤੀ ਪਹੁੰਚਦੀ ਹੈ ਤੇ ਉਹ ਉਸਨੂੰ ਅਨੁਭਵ ਕਰਦੀ ਹੈ।
ਇਸੀ ਕਰਕੇ ਇੱਕ ਮਹਾਤਮਾ ਬਹੁਤ ਸਾਰੇ ਮਹਾਤਮਾ ਦੇ ਅਨੁਭਵ ਜਿਹਨਾਂ ਕਮਾਈਆਂ ਕੀਤੀਆਂ ਦੱਸਦੇ ਹੁੰਦੇ ਕਹਿਣ ਲੱਗੇ ਪਹਿਲੇ ਪਹਿਲ ਮੈਂ ਜਦੋਂ ਮੈਨੂੰ ਸ਼ੌਕ ਲੱਗਿਆ ਸਾਡੇ ਪਿੰਡ ਦੇ ਬਾਹਰ ਇੱਕ ਸੁੱਕਾ ਤਲਾਅ ਸੀ ਪਾਣੀ ਨਹੀਂ ਸੀ ਉਹਦੇ ਵਿੱਚ ਜਦੋਂ ਬਾਰਿਸ਼ਾਂ ਪੀਂਦੇ ਭਰ ਜਾਂਦਾ ਸੀ ਪਸ਼ੂਆਂ ਵਗੈਰਾ ਦੇ ਕੰਮ ਕਾਰ ਹੁੰਦੇ ਪਿੰਡਾਂ ਦੇ ਵਿੱਚ ਰਿਵਾਜ਼ ਹੁੰਦਾ ਲੇਕਿਨ ਵੈਸੇ ਸੁੱਕਾ ਹੁੰਦਾ ਮੈਂ ਉਹਦੇ ਵਿੱਚ ਜਾ ਕੇ ਬੈਠ ਜਾਣਾ ਸ਼ਾਮ ਦੇ ਵਕਤ ਰਹਿ ਰਸ ਦਾ ਪਾਠ ਕਰ ਲੈਣਾ ਕੁਝ ਰਹਿਰਸ ਦਾ ਪਾਠ ਕਰਕੇ ਪਹਿਲੇ ਪਹਿਲੇ ਫਿਰ ਮੈਂ ਵੈਸੇ ਉਹਦਾ ਜਾਪ ਜ਼ੁਬਾਨ ਨਾਲ ਕਰਨਾ ਸ਼ੁਰੂ ਕੀਤਾ ਉੱਚੀ ਉੱਚੀ ਵੈਖਰੀ ਬਣਦੀ ਵਾਹਿਗੁਰੂ ਵਾਹਿਗੁਰੂ ਉੱਚੀ ਉੱਚੀ ਕਰ ਸਹੀ ਰਾਤ ਕਰੀ ਜਾਏਗਾ ਸਵੇਰੇ ਦਿਨ ਚੜ੍ਹੇ ਫਿਰ ਮੈਂ ਆਨੰਦ ਸਾਹਿਬ ਨੂੰ ਜਵਾਨੀ ਆ ਸੀ ਦਿਨ ਚੜ੍ਹਦਿਆਂ ਉਹ ਪਾਠ ਕਰਕੇ ਉੱਠ ਇੱਕ ਚੌਂਕਾ ਮਾਰ ਕੇ ਬੈਠੇ ਇਸ਼ਦਾ ਹੁੰਦੇ ਹੁੰਦੇ ਫਿਰ ਉਹ ਆਵਾਜ਼ ਜਿਹੜੀ ਸੀ ਉੱਚੀ ਉੱਚੀ ਉਹ ਫਿਰ ਹੌਲੀ ਕਰਤੀ ਕੁਛ ਅਖੀਰ ਫਿਰ ਜਵਾਨ ਵੀ ਬੰਦ ਅੰਦਰ ਹੀ ਹੋਣ ਲੱਗ ਪਿਆ ਕੰਠ ਵਿੱਚ ਹੋਣ ਲੱਗ ਪਿਆ ਕੁਝ ਦੇਰ ਇਹ ਹੁੰਦਾ ਰਿਹਾ ਹਿਰਦੇ 'ਚ ਹੋਣ ਲੱਗ ਪਿਆ ਕੁਝ ਦੇਰ ਇਹ ਹੁੰਦਾ ਰਿਹਾ ਸਾਰੀ ਰਾਤ ਹੁੰਦਾ ਰਿਹਾ ਉਹਦੇ ਬਿਰਤੀ ਮਹਿਬ ਹੋਵੇ ਫਿਰ ਮੈਨੂੰ ਸਾਰੇ ਸਰੀਰ 'ਚੋਂ ਐਸਾ ਪ੍ਰਤੀਤ ਹੋਵੇ ਯਾਨੀ ਸਾਰਾ ਸਰੀਰ ਆਪੇ ਸ਼ੁਰੂ ਕਰ ਰਿਹਾ ਮੈਂ ਬੈਠੇ ਹੁੰਦਾ ਸੀ ਹੋਰ ਮੈਨੂੰ ਕੁਛ ਪਤਾ ਨਹੀਂ ਸੀ ਕੋਈ ਉੱਥੇ ਦੁੱਖ ਨਹੀਂ ਕੋਈ ਕਸ਼ਟ ਨਹੀਂ ਸੰਸਾਰ ਸਿੱਖ ਅਖੀਰ 'ਤੇ ਮੈਨੂੰ ਐਸਾ ਪ੍ਰਤੀਤ ਹੋਣ ਲੱਗਾ ਚਾਰ 'ਚ ਫਿਰ ਯਾਨੀ ਸਾਰਾ ਬਣ ਜਿਹੜਾ ਹੈ ਵਾਹਿਗੁਰੂ ਦੀਆਂ ਗੂੰਜਾਂ ਪੈ ਰਹੀਆਂ ਸੁਣਦੀਆਂ ਸਨ ਜਿੱਥੇ ਮਿਰਗਮੀਨ ਪੰਖੇਰੂ ਬਣ ਕੇ ਬਿਨਾਂ ਹਰ ਜਾਪਤ ਹੈ ਨਹੀਂ ਹੋ ਐਸੀ ਅਵਸਥਾ ਜਾਂ ਆਪਣੇ ਵਿਆਸ ਦੇ ਬਲ ਕਰਕੇ ਚਾਰ 'ਚ ਫਿਰ ਸਾਰਾ ਜੰਗਲ ਵੀ ਆਪਾਂ ਇਹੀ ਦੁਨੀਆਂ ਇਹਦੇ ਵਿੱਚ ਮੈਂ ਬੈਠ ਜਾ ਮੈਨੂੰ ਸਾਰੀ ਰਾਤ ਕਿਉਂ ਲੰਘ ਜਾ ਕੇ ਪਤਾ ਨਹੀਂ ਕਰਦਾ ਸੁੱਖ ਦਾ ਸਮਾਂ ਜਿਹੜਾ ਹੁੰਦਾ ਹੈ ਉਹ ਬੜੀ ਜਲਦੀ ਗੁਜ਼ਰਦਾ ਹੁੰਦਾ ਸਾਰੀ ਰਾਤ ਇਉਂ ਗੁਜ਼ਰ ਜਾ ਕਰੇ ਇਸ ਅਵਸਥਾ ਵਿਚਰਦੇ ਕਹਿਣਗੇ ਫਿਰ ਮੈਨੂੰ ਅੰਦਰ ਹੀ ਲਾਈਟ ਸ਼ੁਰੂ ਹੋ ਗਈ ਹੁੰਦੇ ਹੁੰਦੇ ਸਾਰੀਆਂ ਚੀਜ਼ਾਂ ਕਹਿੰਦਾ ਮੈਂ ਦਿਸੀਆਂ ਮਹਾਤਮਾ ਨੇ ਇਸ਼ਾਰਾ ਸੀ ਅਤੇ ਮੈਂ ਉਹਨਾਂ ਦੇ ਇਸ਼ਾਰੇ ਅਨੁਸਾਰ ਆਪਣਾ ਆਪ ਸਾਰਾ ਤਾਣ ਲਾ ਕੇ ਅਭਿਆਸ ਕੀਤਾ ਉਦੋਂ ਸਰੀਰ ਤਕੜੇ ਹੁੰਦੇ ਦਿਮਾਗ ਬੜੇ ਤਕੜੇ ਹੁੰਦੇ ਅੱਜ ਕੱਲ੍ਹ ਤਾਂ ਬੜਾ ਫਰਕ ਪੈਂਦਾ ਅਤੇ ਅਖੀਰ ਕਹਿਣ ਲੱਗਿਆ ਉਹ ਅਵਸਥਾ ਸਾਰੀਆਂ ਜਿਹੜੀਆਂ ਤੁਸੀਂ ਨੇ ਗੁਜ਼ਰ ਕੇ ਫਿਰ ਮੇਰੀ ਸੁੱਤੀ ਉੱਥੇ ਜਾਟ ਗਈ ਜਿੱਥੇ ਕੋਈ ਸ਼ਬਦ ਨਹੀਂ ਕੋਈ ਲਾਈਟ ਨਹੀਂ ਕੋਈ ਅਨੰਤ ਨਹੀਂ ਇੱਕ ਨਾ ਉੱਥੇ ਸਰੀਰ ਪਾਸਦਾ ਹੈ ਨਾ ਉੱਥੇ ਸੰਸਾਰ ਹੈ ਪਤਾ ਨਹੀਂ ਉਸ ਅਵਸਥਾ ਨੂੰ ਕਿਹਾ ਨਹੀਂ ਜਾਂਦਾ ਵਾਹਿਗੁਰੂ ਜਿਹੜਾ ਨਿਰਵਿਕਲ ਨਿਰਗੁਣ ਸਰੂਪ ਰੂਪ ਨਾ ਰੇਖ ਨਾ ਰੰਗ ਕਿਸ ਤਰ੍ਹਾਂ ਗੁਣ ਤੇ ਪੁਰਬ ਭਿੰਨ ਤਿਸੇ ਬਿਛਾਏ ਕਜ ਸੋਵੇ ਸੋ ਉਹ ਅਵਸਥਾ ਹੈ ਚੱਕਰ ਕੀ ਹੈ ਨਾ ਵਰਣ ਜਾਤ ਪਾਤਨ ਹੈ ਰੂਪ ਰੰਗ ਰੇਖ ਵੇਖੋ ਕਹਿਣ ਸਕਤ ਕੇ ਅਚਲ ਬੁਰੀ ਤਨ ਭਰ ਪ੍ਰਕਾਸ਼ ਅਮਿਤ ਰੋਜ ਕਹੀ ਜੈ ਕੋਟ ਇੰਦ ਇੰਦਰਾਨ ਸ਼ਹਿ ਸ਼ਹਾਨ ਗਣੀ ਜੈ ਤੇਰੇ ਭਾਵਨਾ ਹੀ ਸੁਰ ਨਾ ਸੁਰ ਨੇ ਤੇ ਬਣ ਤਿਣ ਕਹਿ ਤੋ ਸਰਨਾਮ ਕਥਾ ਕਮਲ ਕਰਨਾਮ ਬਣ ਸਮਤ ਇਸ ਮੇ ਜੀ ਨੇ ਦੱਸਿਆ ਵੀ ਉਹ ਸ਼ਕਤੀ ਹੈ ਰੂਪ ਰੇਖ ਸੇ ਨਿਹਾਰੀ ਭਾਵੇਂ ਕਹਿਣ ਲੱਗੇ ਕਈ ਅਣਜਾਣਾਂ ਨੂੰ ਇਹ ਭ੍ਰਾਂਤੀ ਪੈ ਜਾਂਦੀ ਹੈ ਭਰਮ ਪੈ ਜਾਂਦਾ ਹੈ ਵੀ ਜਿਸ ਵਸਤੂ ਦੀ ਨਾ ਕੋਈ ਸ਼ਕਲ ਹੈ ਨਾ ਸੂਰਤ ਹੈ ਨਾ ਰੂਪ ਹੈ ਨਾ ਦੇਖ ਹੈ ਨਾ ਰੰਗ ਹੈ ਹੋ ਹੀ ਨਹੀਂ ਸਕਦੀ ਕਹਿੰਦਾ ਅਣਜਾਣਾ ਭਰਮ ਜਿਹਦੀ ਜਿਸ ਚੀਜ਼ ਦੀ ਕੋਈ ਸ਼ਕਲ ਸੂਰਤ ਨਹੀਂ ਰੂਪ ਰੇਖ ਰੰਗ ਨਹੀਂ ਉਹ ਕਿਵੇਂ ਹੋ ਸਕਦੀ ਹੈ ਫਿਰ ਐਡੀ ਸ੍ਰਿਸ਼ਟੀ ਕਰੋੜਾਂ ਬ੍ਰਹਮਣਾਂ ਦਾ ਕਰਤਾ ਹਰਤਾ ਉਹ ਕਿਵੇਂ ਹੋ ਸਕਦੀ ਹੈ ਇਹ ਧਰਮ ਪੈਂਦਾ ਕਿ ਨਾ ਲੇਕਿਨ ਇਹ ਤਾਂ ਮਿਸਾਲਾਂ ਸਾਡੇ ਸਾਰਿਆਂ ਦੀ ਵਰਤੋਂ ਹੀ ਆਉਂਦੀਆਂ ਅਨੇਕਾਂ ਚੀਜ਼ਾਂ ਨੇ ਜਿਹਦੀ ਸ਼ਕਲ ਸੂਰਤ ਕੋਈ ਨਹੀਂ ਬੜੀ ਤਾਕਤ ਰੱਖਦੀਆਂ ਨੇ ਅਤੇ ਇਨਸਾਨ ਨਾਲ ਕੀ ਕੁਛ ਵਰਤ ਵਰਤਾਰੇ ਕਰਦੀਆਂ ਇੱਕ ਗੱਲ ਨੂੰ ਜ਼ਿਆਦਾ ਕੀ ਕਹਿਣਾ ਚਲੋ ਕਰੋਧ ਲਓ ਹੋਰ ਬਹੁਤੀਆਂ ਚੀਜ਼ਾਂ ਛੱਡੋ ਗੁੱਸਾ ਕਿਹਨੂੰ ਨਹੀਂ ਆਉਂਦਾ ਕੀ ਕਰਦਾ ਜਦੋਂ ਗੁੱਸਾ ਆਉਂਦਾ ਹੈ ਤੇਲ ਕਰਦਾ ਭਰਾ ਨੂੰ ਭਰਾ ਮਾਰਨਾ ਪੁੱਤਰ ਕੀ ਕੁਛ ਹੁੰਦਾ ਕ੍ਰੋਧ ਦੇ ਮਾਰੇ ਕੀ ਸ਼ਕਲ ਹੈ ਕ੍ਰੋਧ ਦੀ ਕੀ ਰੂਪ ਰੇਖ ਰੰਗ ਹੈ ਦੇਖਿਆ ਕਿਸੇ ਨੇ ਦੱਸੋ ਕੋਈ ਸ਼ਕਲ ਸੂਰਤ ਹੈ ਇਹਦੀ ਤਾਕਤ ਕਿੰਨੀ ਹੈ ਇਹਦੇ ਵਿੱਚ ਇਸੀ ਤਾਂ ਲੋਭ ਹੈ ਕਿੰਨੀ ਤਾਕਤ ਹੈ ਚੋਰੀਆਂ ਕਰਦਾ ਡਾਕੇ ਮਾਰਦਾ ਮਲੇਖਾਂ ਕਰਦਾ ਹਾਰ ਕਰਦਾ ਕੀ ਕਰਦਾ ਇਸੀ ਤਰ੍ਹਾਂ ਬਹੁਤ ਚੀਜ਼ਾਂ ਹਨ ਸੁੱਖ ਦੀ ਕੀ ਸ਼ਕਲ ਹੈ ਦੁੱਖ ਦੀ ਕੀ ਸ਼ਕਲ ਹੈ ਖੁਸ਼ੀ ਦੀ ਕੀ ਸ਼ਕਲ ਹੈ ਗਮੀ ਦੀ ਕੀ ਸ਼ਕਲ ਹੈ ਕੋਈ ਅਨੇਕਾਂ ਚੀਜ਼ਾਂ ਇੰਗੀਆਂ ਜੀ ਇਨਸਾਨ ਦੇ ਰੋਜ਼ ਵਰਤ ਵਰਤਾਰੇ 'ਚ ਆਉਂਦੀਆਂ ਹਨ ਹਾਲਾਂਕਿ ਉਹ ਪਰਮਾਤਮਾ ਦੀਆਂ ਬਣਾਈਆਂ ਹੋਈਆਂ ਹਨ ਜਿਹੜੀਆਂ ਸਭ ਦੇ ਵਰਤ ਵਰਤਾਰੇ 'ਚ ਆਉਂਦੀਆਂ ਸ਼ਕਲ ਸੂਰਤ ਹੁੰਦੀ ਕੋਈ ਨਹੀਂ ਹਰੇਕ ਨੇ ਮੈਨੂੰ ਬੜਾ ਗੁੱਸਾ ਆਇਆ ਹੁਣ ਤੁਸੀਂ ਕਹੋ ਮੈਨੂੰ ਦਿਖਾ ਤਾ ਗੁੱਸਾ ਕਿਹਾ ਜੇ ਦਿਖਾ ਦੋ ਕਿਸੇ ਮਹਾਤਮਾ ਦੇ ਪਾਸ ਇਸ ਦਿਨ ਇੱਕ ਬੜਾ ਪੰਡਿਤ ਬਹੁਤ ਵੱਡਾ ਭਾਰਾ ਵਿਦਵਾਨ ਖਟ ਸ਼ਾਸਤਰੀ ਸਾਰੀ ਵਿੱਦਿਆ ਪੜ੍ਹ ਕੇ ਉਹਨਾਂ ਪਾਸ ਪਹੁੰਚਿਆ ਉਹਨੂੰ ਭਰਮ ਪੈ ਗਿਆ ਵੀ ਪਰਮਾਤਮਾ ਰੂਪ ਰੇਖ ਰੰਗ ਸੇ ਨਿਆਰਾ ਹੋਣਾ ਹੀ ਨਹੀਂ ਐਵੇਂ ਕਹੀ ਜਾਂਦੇ ਨੇ
ਉਹਨੂੰ ਭਰਮ ਪੈ ਗਿਆ। ਸੋ ਉਹ ਵੱਡੇ ਵੱਡੇ ਵਿਦਵਾਨਾਂ ਨੂੰ, ਵਿਦਵਾਨ ਤਾਂ ਬੜਾ ਸੀ, ਗੱਲਾਂ ਨਾਲ ਕਿਸੇ ਨੂੰ ਆਉਣ ਨਾ ਦੇਵੇ। ਅਸੀਂ ਅਖੀਰ ਕਿਸੇ ਨੇ ਕਿਹਾ ਫਲਾਣੇ ਮਹਾਤਮਾ ਅਨੁਭਵੀ ਮਹਾਤਮਾ ਨਾ, ਉਹਨਾਂ ਕੋਲ ਪਾਸ ਪਹੁੰਚ। ਅਨੁਭਵੀ ਉਹਨੂੰ ਕਹਿੰਦੇ ਜਿਹਨੇ ਕਮਾਈ ਕੀਤੀ। ਇੱਕ ਵਿਦਵਾਨ ਹੁੰਦਾ, ਇੱਕ ਅਨੁਭਵੀ ਹੁੰਦਾ, ਉਹਨਾਂ 'ਚ ਕਿੰਨਾ ਫਰਕ ਹੈ। ਅਨੁਭਵੀ ਜਿਹੜਾ ਹੁੰਦਾ ਉਹ ਸਚਕਸ਼ੂ ਹੈ, ਜਿਹੜਾ ਸਿਰਫ ਜਿਹੜਾ ਵਿਦਵਾਨ ਹੈ ਪੜ੍ਹਿਆ ਹੀ ਹੈ ਉਹ ਅੰਨਾ ਹੈ। ਇੰਨਾ ਫਰਕ ਹੈ, ਉਹ ਅੱਖਾਂ ਵਾਲਾ ਅੰਨਾ ਹੈ। ਇਉਂ ਕਰਕੇ ਖੈਰ ਉਹ ਪੜ੍ਹਿਆ ਤਾਂ ਸੀ, ਲੇਕਿਨ ਉਹਨੂੰ ਅਨੁਭਵ ਨਹੀਂ ਸੀ, ਉਹਨੂੰ ਭਰਮ ਪੈ ਗਿਆ ਵੀ ਜਿਸ ਦੀ ਸ਼ਕਲ ਸੂਰਤ ਨੂੰ ਹੋਣਾ ਹੀ ਨਹੀਂ। ਫਿਰ ਕਈਆਂ ਨਾਲ ਗੱਲਾਂ ਬਾਤਾਂ ਕੀਤੀਆਂ, ਗੱਲੀ ਤੱਕ ਸੁਣਾਉਣ ਨਾ ਦੇਵੇ ਉਹ। ਅਸੀਂ ਫਲਾਣੇ ਮਹਾਤਮਾ ਕੋਲ ਜਾ ਗਿਆ, ਉੱਥੇ ਗਿਆ, ਉਹ ਮਹਾਤਮਾ ਬੈਠੇ ਸਰਲ ਜਿਹੇ ਸੁਭਾਅ ਦੇ ਬੈਠੇ ਆਰਾਮ ਨਾਲ। ਜਾ ਕੇ ਕਹਿਣ ਲੱਗਾ ਜੀ, ਕਹਿੰਦੇ ਨੇ ਪਰਮਾਤਮਾ ਨੂੰ ਪ੍ਰੇਸ਼ਣ ਸੇ ਨਿਆਰਾ ਹੈ, ਜਿਸ ਵਸਤੂ ਦੀ ਸ਼ਕਲ ਨਹੀਂ ਸੂਰਤ ਨੂੰ ਕਿਵੇਂ ਹੋ ਸਕਦੀ ਹੈ। ਉਹਨਾਂ ਨੇ ਪ੍ਰਮਾਣ ਤਾਂ ਕਹਿ ਦਿੱਤੇ ਪਹਿਲਾਂ, ਲੇਕਿਨ ਉਹ ਵਿਦਵਾਨ ਸੀ, ਛੱਟ ਆਪਣੀ ਵਿਦਿਆ ਦੀ ਬਲ ਕਰਕੇ ਉਹਦੇ ਪ੍ਰਮਾਣ ਨੂੰ ਕੱਟ ਦੇਵੇ, ਸੋਚਿਆ ਨਹੀਂ ਮੰਨਣਾ ਨੇ ਇਹਨੂੰ। ਫਿਰ ਜੁਗਤੀ ਨੂੰ ਬਣਾਉਣਾ ਪਏਗਾ ਕਿ ਕਹਿਣਗੇ ਬਈ ਬਿਨਾਂ ਸ਼ਕਲ ਸੂਰਤ ਵੀ ਬਹੁਤ ਚੀਜ਼ਾਂ ਹੋ ਸਕਦੀਆਂ ਹਨ। ਕਿਵੇਂ ਹੋ ਸਕਦੀਆਂ? ਹੋ ਸਕਦੀਆਂ, ਕਹਿੰਦੇ ਬਹੁਤ ਸਾਰੀਆਂ। ਜਦੋਂ ਉਹ ਨਾ ਹੀ ਮੈਨੇ ਮਹਾਤਮਾ ਉੱਥੇ ਪੱਥਰ ਮਾਰ ਪਿਆ ਸੀ, ਬੜਾ ਤਿੱਖਾ ਚੱਕ ਉਹਦੇ ਮੱਥੇ 'ਚ ਮਾਰੇ, ਲੱਗਣ ਸਾਰੀ ਖੂਨ ਦੀ ਤਾਰਾ ਬਣੀ, ਬੜੀ ਤਕਲੀਫ ਹੋਈ, ਤੇਜ਼ੀ ਚੜ ਗਿਆ। ਕਹਿੰਦੇ ਤੁਸੀਂ ਕਿਹਨੇ ਮਹਾਤਮਾ ਬਣਾ ਦਿੱਤੇ? ਕਸਾਈਆਂ ਫਲਾਉਣਾ, ਮੇਰਾ ਸਿਰ ਫਾੜ ਕਰ ਆ ਕਰ ਚੁੱਪ ਰਹੇ, ਜਾਣਦੇ ਸੀ ਵੀ ਤਾਂ ਜਵਾਬ ਐਵੇਂ ਹੋ ਗੁੱਸਾ ਤਾਂ ਕਰਨਾ ਨਹੀਂ ਸੀ, ਜਵਾਬ ਦੇਣਾ ਸੀ ਉਹਦਾ, ਉਹ ਚੁੱਪ ਰਹੇ। ਕਾਫੀ ਦੇਰ ਤਾਂ ਆਪਣਾ ਬੋਲ ਬਾਲ ਕੇ ਉਹ ਸਾਰਾ ਜ਼ੋਰ ਲਾ ਕੇ ਹਟ ਗਿਆ। ਅਖੀਰ ਜਦੋਂ ਕੁਛ ਸਾਰਾ ਜ਼ੋਰ ਲਾ ਕੇ ਠੰਡਾ ਜਿਹਾ ਹੋ ਗਿਆ, ਕਹਿਣ ਦੱਸ ਕੀ ਗਏ ਤੈਨੂੰ? ਤੁਸੀਂ ਮੇਰੇ ਪੱਥਰ ਮਾਰਿਆ ਤੇ ਮੇਰੇ ਸਿਰ ਪਟ ਗਿਆ, ਮੈਨੂੰ ਕਿੰਨਾ ਕਸ਼ਟ ਹੋਇਆ, ਕਿੰਨਾ ਦੁੱਖ ਹੋਇਆ, ਕਹਿੰਦੇ ਦਿਖਾ ਤਾਂ ਦੁੱਖ। ਉਹ ਕਹਿੰਦੇ ਰੱਬ ਦਿਖਾਓ ਮੈਨੂੰ, ਨਿਆਰਾ ਹੈ। ਕਹਿੰਦੇ ਦਿਖਾ ਤਾਂ ਕਿਹਾ ਜੇ ਦੁੱਖ? ਕਹਿੰਦਾ ਮੈਨੂੰ ਹੋ ਰਿਹਾ ਹੈ, ਮੈਂ ਮੇਰਾ ਮਨ ਅਨੁਭਵ ਕਰਦਾ ਹੈ, ਮੇਰਾ ਮਨ ਮਹਿਸੂਸ ਕਰਦਾ ਹੈ, ਮਹਿਸੂਸ ਕਰਦਾ ਕਿ ਨਾ? ਸ਼ਕਲ ਦਿਖਾ, ਕਹਿੰਦੇ ਸ਼ਕਲ, ਕਹਿੰਦੇ ਕੋਈ ਨਹੀਂ, ਮੈਂ ਮਹਿਸੂਸ ਕਰ ਰਿਹਾ। ਕਹਿੰਦੇ ਇਸੀ ਤਰ੍ਹਾਂ ਰੱਬ ਨੂੰ ਵੀ ਮਹਿਸੂਸ ਕੀਤਾ ਜਾਂਦਾ ਹੈ, ਜਦੋਂ ਤੇਰਾ ਮਨ ਹੀ ਟਿਕੇਗਾ ਉਸ ਅਵਸਥਾ ਨੂੰ ਪ੍ਰਾਪਤ ਹੋਏ, ਤੂੰ ਮਹਿਸੂਸ ਕਰੇਂਗੇ ਵੀ ਹਾਂ ਉਹ ਹੈ, ਸਾਰੀ ਸ਼ਿਸ਼ਟੀ ਦਾ ਕਰਤਾ ਹਰਤਾ ਕਰਤਾ ਹੈ, ਜਿਵੇਂ ਦੁੱਖ ਇੰਨਾ ਇਹ ਪੱਥਰ ਨੇ ਦੁੱਖ ਦੇ ਦਿਨ ਕਿਉਂ ਦੁਖੀ ਕੀਤਾ। ਇਸ ਤਰ੍ਹਾਂ ਪਰਮਾਤਮਾ ਉਸ ਅਵਸਥਾ ਵਿੱਚ ਫਿਰ ਨਿਰਗੁਣ ਦੀ ਪ੍ਰਾਪਤੀ ਹੁੰਦੀ ਹੈ, ਉਹਦੀ ਪੂਜਾ ਨਿਰਗੁਣ ਫੁੱਲਾਂ ਕਰਕੇ ਸ਼ਾਮ ਸੰਭੋ ਤੇ ਤਿੰਨ ਦੱਸੇ ਇਹਨਾਂ ਦਾ, ਉਹਦੀ ਪੂਜਾ ਕਰਕੇ ਇਹ ਤੇ ਬ੍ਰਹਮ ਗਿਆਨੀ ਹਨ, ਸਦਾ ਹੀ ਅੱਠੇ ਭੈ ਚੌਂਟ ਕੜੀ ਆਨੰਦ ਵਿੱਚ।